ਰਾਮ ਰਾਮ ਬਾਈ ਜੀ, ਕਿਆ ਹਾਲ ਚਾਲ ਹੈ? ਤੁਸੀਂ ਦੇਖਿਆ ਹੋਣਾ, ਮੈਂ ਹੀ ਕਹਿ ਖਲੋਤੇ ਹਾਂ। ਤੜਕਾ ਹੋਇਆ ਮੁੜੇ ਸੁੱਤੇ ਉੱਠਿਆ ਤਾਂ ਘਰੇ ਤੋਂ ਆਰਡਰ ਮਿਲੀ ਆ ਵੀ ਜਾ ਜਾਈਗੇ ਰਾਤੀ। ਬਾਈ ਜੀ ਲੈਟ ਹੀ ਨਹੀਂ, ਤਾਂ ਹੁਣ ਘਰਦਿਆਂ ਨੇ ਕਲਾਇਆ ਜਾ ਜਾਈਗੇ ਡੰਡੇ ਬਣਾ ਕੇ ਲਿਆ ਚਾਲਣੀ ਵਾਸਤੇ। ਉਹ ਚਾਲਣੀ ਬਲੋ ਦਾ ਲਾਣੀ ਹੁੰਦੀ ਹੈ ਨਾ, ਕਿਆ ਬੋਲਦੇ ਨੇ ਉਹ, ਨਾ ਹੈ ਨਹੀਂ ਆਉਂਦਾ ਮੈਨੂੰ। ਆਹੋ ਹੀ ਸਮਝੀ ਹੁਣ ਤੁਸੀਂ, ਮੱਛਰੀ ਰੋਕਣੇ ਵਾਸਤੇ ਉਹ ਚਾਲਣੀ ਬੋਲ ਦਿੰਦਾ ਮੈਂ ਤਾਂ ਉਹ ਜਾਲੀ। ਹਾਂ ਸੱਚ, ਜਾਲੀ ਲਾਣੇ ਵਾਸਤੇ ਹੁਣ ਲੱਗਾ ਲਿਆਣੇ। ਇੱਥੇ ਕਿਸੇ ਨੇ ਆ ਕੇ ਹੀ ਲਾਈ, ਪਤਾ ਨਹੀਂ ਕੌਣ ਇਸ ਸਿਆਣਾ, ਤਾਂ ਫੂਕੀ ਤੇ ਆ ਭੰਜ ਵਿਚਾਰਾ ਸਾਰਾ। ਮੈਂ ਚਲੋ ਇਹਦੇ ਵਿੱਚੋਂ ਖਾ ਲੈਂਦੇ ਇਕੱਠੇ ਤਿੰਨ ਚਾਰ ਡੰਡੂ। ਹੋਰ ਲੈਟ ਹੁੰਦੀ ਨਹੀਂ ਘਰ ਤਾਂ, ਚਲੋ ਜਾਲੀਆਂ ਨਾਲ ਹੀ ਕੰਮ ਸਾਰਨਾ ਪਾਉਣਾ। ਹੋਰ ਤੁਸੀਂ ਸੁਣਾਓ, ਠੀਕ ਠਾਕ ਹੋ ਸਾਰੇ? ਹਾਂ ਤਾਂ ਦੇਖੋ ਹਾਲਤ ਦੱਸਣਾ ਮੈਂ ਤੁਹਾਨੂੰ ਇੱਥੋਂ ਦੀ। ਮੈਂ ਦੇਖੋ ਉਹ ਕਿਤੇ ਆ ਸਾਰੇ, ਇੱਕ ਜਰਾ ਧੋਖਾ ਦੀ ਆ, ਉਹ ਟਾਹਲੀ ਸ਼ਾਇਦ ਸੁੱਕੀ ਸੀ ਤਾਂ ਧੋਖਾ ਦੀ ਆ, ਬਾਕੀ ਤਾਂ ਬੜਾ ਵਧੀਆ ਹੈ ਭਾਂਜੇ ਕੋਈ ਆ ਵਿੱਚੇ ਦਾ। ਮੈਂ ਚਲ ਡੰਡੇ ਕਰ ਲੈਂਦੇ ਹਾਂ। ਹੋਰ ਕਿਆ ਹਾਲ ਚਾਲ ਸਾਰਿਆਂ ਦਾ, ਕਿਆ ਕਰਾ ਦਿਓ? ਹਾਲੇ ਹੁਣ ਮੈਂ ਹੀ ਪਾ ਦਿਆ ਕਰਨੀ ਵੀਡੀਓ ਹੈ ਨਾ, ਛੋਟੀ ਛੋਟੀ ਕਰੀ ਕੇ ਵੀ। ਚਲੋ ਕਰ ਲੈਣੇ ਡੰਡੂ, ਇਹ ਲੱਕੜੂ ਪਏ ਨੇ, ਮੈਂ ਚਲੋ ਲੱਕੜੂ ਵੀ ਕਰ ਲੈਂਦੇ ਥੋੜ੍ਹੇ ਥੋੜ੍ਹੇ ਤੇ ਹੁੰਦੇ ਨੇ। ਹਾਂ ਫਸਿਆ ਬੜਾ ਬੁਰਾ, ਮੁਸ਼ਕਾਂ ਕੱਢਿਆ ਸਾਹ ਚੜ੍ਹੀ ਹੈ, ਜ਼ੋਰ ਲਾਏ ਲਈ ਹੈ, ਡਿੱਗੀ ਪਏ ਨੂੰ ਉੱਪਰੇ ਦੇ, ਮੈਂ ਕੱਢਣਾ ਪਰ ਬੜਾ ਔਖਾ ਨਿਕਲਿਆ, ਫਸੀ ਆ ਹੇੜ। ਹਾਂ ਚਲੋ ਅੱਛਾ, ਅਸੀਂ ਤਾਂ ਇਸੀ ਬਾਅਦ ਬੋਲਣਾ, ਤੁਸੀਂ ਕਿਉਂ ਬੋਲਦੇ ਹੋ ਭਲਾ, ਹੈ ਕੋਈ ਹੋਰ ਵੀ ਨਾ ਇਹਦਾ, ਕਰਿਓ ਭਲਾ ਕਮੈਂਟ। ਹਾਂ ਚਲੋ ਮੈਂ ਕਰ ਲੈਣਾ ਹੁਣ, ਇੱਕ ਹੱਥੇ ਨਾਲ ਫੋਨ ਨਹੀਂ ਫੜ ਸਕਦਾ, ਮੇਰਾ ਕੰਮ ਨਹੀਂ ਹੋਣਾ। ਮੈਂ ਚਲੋ ਇਹ ਦੱਸ ਦਿੰਦਾ ਤੁਹਾਨੂੰ, ਕਲਾਂਬਣੇ ਵੀ ਕੀ ਨੇ ਮੜੇ, ਉਹ ਚੁੱਭਦੇ ਬੜੇ ਬੁਰੇ ਨੇ ਹੈ, ਮੈਂ ਸੱਟ ਮਾਰਾਂ ਤਾਂ ਬੜੀ ਬੁਰੀ ਤਰ੍ਹਾਂ ਵੱਜਦੇ ਨੇ ਪੈਰਾਂ ਨੂੰ। ਮੈਂ ਕਿਹਾ ਚਲੋ ਕਲਾਂਬੀ ਖੜੀਏ, ਰੇਜਿਕ ਨਾਲੀ ਜਿਹੀ ਉਹ ਸਾਫ਼ ਸੂਫ ਕਰਨੇ ਕੀ ਠੀਕ ਰਹਿੰਦਾ ਹੈ, ਬਥੇਰਾ ਲੰਬਾ ਹੈ ਸਾਫ਼ ਕਰਨ ਨੂੰ। ਹਾਂ ਕਰ ਲਈਏ ਸਾਫ਼, ਸੌਖਾ ਹੁੰਦਾ ਵੀ ਨਾ, ਸੁੱਕੇ ਆ ਨਾ, ਸੌਖਾ ਨਹੀਂ ਬਣਾਉਂਦਾ ਹੈ, ਬੜੋਈ ਵੀ ਜਾਂ ਤਾਂ ਖਿਚਾਉਂਦਾ ਨਹੀਂ ਸੌਖੇ। ਇਹ ਤਾਂ ਚਲੋ ਫਕੋਏ ਨਾ, ਮੈਂ ਚਲੋ ਇਹ ਠੋਕਰ ਲਈ, ਨਹੀਂ ਤਾਂ ਉਈਆਂ ਵੜਨਾ ਹੁੰਦਾ ਤਾਂ ਕਦੀ ਨਾ, ਉਹ ਨਿਕਲਣਾ ਹੈ ਬਾਹਰ, ਖਿਚਾਉਂਦਾ ਹੀ ਨਹੀਂ। ਉਹ ਹੈ ਜੀ ਸਾਡਾ ਘਰ, ਇੱਧਰ ਦੱਸਣੇ ਤੁਹਾਨੂੰ, ਇੱਧਰ ਖੱਡ ਵੀ ਹੈ, ਇਹ ਖੱਡ ਫਤਿਹਪੁਰ ਟਮੇਟੇ ਉਧਰੇ ਤਾਂ ਜਿੰਨਾ ਪਾਣੀ ਹੈ, ਹੁਣ ਗਾਂ ਬਰਸਾਤਾਂ ਆਉਣੀਆਂ ਤਾਂ ਬੜਾ ਪਾਣੀ ਆਉਂਦਾ ਇੱਥੇ, ਇੱਥੇ ਵੀ ਅੱਗ ਲਾ ਕੇ ਫੂਕੀ ਤੇ ਹੈ ਨਹੀਂ, ਕੀਤੇ ਖੜੇ ਕੀ ਹੈ, ਬਾੜੀ ਫੂਕੀ ਤੇ ਵਗ ਲੈ ਸਾਰਾ। ਇਹ ਉਦੋਂ ਮੈਂ ਲਸੋਣੀ ਰੰਗੀ ਲੱਕੜੂ ਇੱਥੇ ਰਹੀ ਗਈ ਨਾ, ਉਹ ਹਚੜਿਆ ਉੱਪਰ। ਇਹ ਦੇਖਾਂ ਇਹ ਹੈ ਸਾਡੀ ਖੱਡ, ਖਾਰ ਲੱਗੀ ਇੱਥੇ, ਕਰੇਟ ਨਹੀਂ ਪਏ ਤਾਂ ਔਖਾ ਹੋਣਾ, ਬੜਾ ਡੂੰਘਾ ਪਾਣੀ ਇੱਥੇ, ਸੱਪ ਜੀਜੂ ਕੰਡੂ ਪਤਾ ਨਹੀਂ ਕੀ ਕੀ ਹੋਣਾ, ਅਤੇ ਪਾਣੀ ਰੁਕਿਆ ਨਾ। ਇੱਧਰ ਚਲੇ ਹੁਣ ਕੱਢੇ, ਜੇ ਬਰਸਾਤਾਂ 'ਚ ਮੈਂ ਦੱਸਗਾ ਜਰਾ ਕਿ ਸ਼ੋਰਟ ਵੀਡੀਓ ਪਾਈ ਕੇ, ਜਿੱਦਾਂ ਬਾਹੀ ਹੋਊਗੀ ਖਾਡੇ ਤਾਂ ਬੜਾ ਹੁੰਦਾ ਹੈ, ਇੱਥੇ ਰੇਤੇ ਵਾਲੇ ਦੁਖੀ ਕਰਦੇ, ਰੇਤਾ ਲੱਗ ਰਹਿੰਦੇ ਨੇ ਭਾਲ ਆਉਂਦੇ ਜਾਂਦੇ, ਉਹ ਕਿੰਨਾ ਡੂੰਘਾ ਪਾਣੀ ਹੈ ਇੱਥੇ, ਜਰਾ ਕਿ ਪਾਈ ਸਲੈਬ ਸਰਕਾਰ ਨੇ ਪੰਚਾਇਤਾਂ ਨੇ, ਤਾਂ ਤੁਹਾਨੂੰ ਪਤਾ ਪੰਚਾਇਤਾਂ ਦੇ ਕੰਮ, ਉਹ ਇੱਕ ਸਾਲ ਨਹੀਂ ਟਿਕੀ ਉਹ ਜ਼ਹਿਰੀ ਥੱਲੇ ਜਾਂ ਪਈਏ ਕੀ ਫੁੱਲੀਏ, ਥੋੜ੍ਹੀ ਕੁ ਜ਼ਮੀਨ ਇਹ ਖੱਡਾ ਪਾਰੀ ਮੇਰੀ, ਜ਼ਿਆਦਾ ਹੈ ਨਹੀਂ, ਥੋੜ੍ਹੀ ਕੀ ਹੈ, ਥੋੜ੍ਹੀ ਇੱਧਰ ਹੈ, ਥੋੜ੍ਹੀ ਇੱਧਰ ਹੈ ਰੋਹਾਂ। ਚਲੋ ਅੱਛਾ ਦੱਸਿਓ ਕਿਹਦੇ ਇਲਾਕਾ ਲੱਗਿਆ ਤੁਹਾਨੂੰ ਸਾਡਾ।
ਚੱਕਰ ਕੀ ਆ, ਅਸੀਂ ਪੰਜਾਬ ਬੋਰਡਰ 'ਚ ਰਹਿੰਦੇ ਹਾਂ ਨਾ, ਆਉਂਦੇ ਤਾਂ ਕਾਂਗੜੇ 'ਚ ਹੀ ਹੈ, ਪਰ ਉਹ ਹੀ ਹੈ ਵੀ ਬੋਰਡਰ ਪਰ ਨਾ ਪੰਜਾਬ ਦੇ ਨਾ ਪੂਰੇ ਹਿਮਾਚਲ ਦੇ, ਭਾਸ਼ਾ ਵੀ ਸਾਡੀ ਤਾਂ ਹੀ ਹੈ ਮਿਕਸ ਜੀ ਕਾਲਾ ਮਾਲਾ। ਹਾਂ ਇਹ ਪਿੱਛੇ ਨਾ ਪਹਾੜ, ਬਾਕੀ ਤਾਂ ਇੱਧਰ ਪੱਧਰ ਹੀ ਸਾਰਾ। ਉਹ ਆਈ ਹੈ ਮੈਡਮ ਬਾਹਰ ਲਈ ਕੇ, ਲਓ ਜੀ ਸਾਡੀ ਮੈਡਮ ਆਈ ਹੈ। ਮੈਡਮਾਂ ਨੇ ਪਰਨਾ ਬੰਨ੍ਹੀ ਲਿਆ ਸਿਰੇ, ਪਰ ਹੁਣ ਲੱਗੀ ਏ ਏ ਏ ਲੱਗੀ ਏ ਲੱਗੀ ਗੁੱਸਾ ਕਰਨ। ਏ ਓਏ ਆਏ ਹਾਏ, ਇੱਕ ਕੰਮ ਕਰ, ਅੱਛਾ ਇਹਨੂੰ ਬੰਨ, ਮੈਂ ਤੇਰੇ ਪਾਸ ਮੈਂ ਚਾਨਣੀ ਬੋਲਾ ਹਾਂ ਪਹਿਲਾਂ, ਲਾ ਸਾਹਿਬ ਹੈ ਬੋਲਣਾ ਹਾਂ ਕਿ ਉਸਕੀ ਫਿਰ ਭੁੱਲੀ ਜਾ ਮੈਂ ਜਾਲੀ, ਤਾਂ ਮੈਂ ਬੋਲਾ ਹਾਂ ਚਾਨਣੀ ਵਾਸਤੇ ਡੰਡੇ ਕਰਨਾ। ਉਹ ਇੱਕੋ ਗੱਲ ਹੈ ਜਾਲੀ, ਜਿਹੜੀ ਵੀ ਦਾਨੀ ਹੋਇਆ ਮੱਛਰੇ ਕਿ ਕਿਹੜੀ ਵੀ ਹੋਇਆ, ਹੋਰ ਕਰਨੇ ਬੋਲਾ ਦੀ ਹੈ ਹੁਣ ਡੰਡੇ ਹੋਰ ਕਰ ਦਿਉ, ਤਿੰਨ ਚਾਰ ਮੰਗੇ ਚਲੋ ਹੋਰ ਕਰ ਦਿੰਦੇ ਹਾਂ। ਹਾਂ ਤਾਂ ਬਾਈ ਜੀ ਉੱਧਰੇ ਤਾਂ ਹੋਈ ਆ ਕੰਮ, ਹੁਣ ਇੱਧਰ ਲੱਗਾ। ਅੱਜ ਇੱਕ ਖਾਸ ਗੱਲ ਹੈ ਵੀ ਅੱਜ ਮੌਸਮ ਬੜਾ ਸ਼ੈਲ ਹੋਇਆ, ਦੇਖਣਾ ਆਹ ਦੇਖਾ ਬੜਾ ਸੋਹਣਾ ਮੌਸਮ ਹੈ, ਠੰਡਾ ਠੰਡਾ। ਤਾਂ ਹੁਣ ਇਹ ਮਿੱਟੀ ਚੁੱਕਣੀ ਹੈ ਮੈਂ ਉੱਥੋਂ ਦੀ, ਇੱਧਰ ਸੁਣਨੀ ਹੈ ਕਿ ਵੀ ਖੇਤ ਹੈ ਉੱਚਾ ਤਾਂ ਉੱਧਰੋਂ ਟਾਈਮ ਲੱਗਦਾ, ਫਿਰ ਉੱਥੇ ਪਾਣੀ ਨਹੀਂ ਭਰਾਉਂਦਾ, ਤਾਂ ਇੱਧਰੇ ਇੱਧਰ ਕਰਨਾ ਹੁਣ। ਚਲੋ ਕਰ ਲੈਂਦੇ, ਮੈਂ ਠੰਡਾ ਮੌਸਮ ਹੈ, ਦੇਖੋ ਕਿੰਨਾ ਸੋਹਣਾ ਠੰਡਾ ਠੰਡਾ ਮੌਸਮ, ਮੈਂ ਕਮਾਈ ਲੈਂਦੇ ਹੌਲੀ ਹੌਲੀ। ਬੈਂਗਣ ਲਾਏ ਇਹ ਦੇਖੋ ਆਸੇ ਪਾਸੇ ਘਾਇਆ ਵਿੱਚ ਬੂਟਾ ਉੱਗਿਆ, ਬਸ ਗੋਡੀ ਕਰਨੀ ਹੁਣ ਇੱਥੇ ਵੀ। ਹਾਂ ਸਾਰਾ ਘਾਹੀ ਜਾਂ ਪਈਆਂ ਲੈਣ ਵਾਈ ਲਾਏ ਇਹ ਉੱਗੇ ਹੈ ਨਾ, ਐਸੀ ਗੱਲ ਨਹੀਂ, ਪਰ ਘਾਹ ਬੜਾ ਉੱਗੀ ਪਾਉਂਦਾ ਕਰਨਾ ਵੀ ਕੀ ਹੈ। ਹੁਣ ਸੋਚਾ ਨਾ ਢੱਕਣ ਢੁੱਕਣ ਲਾਈ ਗਿਆ ਇਹਨਾਂ ਨੂੰ, ਰੌਂਡ ਅਪ ਫੇਰਾ ਉਹ ਹੀ ਹੈ ਇਲਾਜ ਇਹਨਾਂ ਦਾ ਰੌਂਡ ਅਪਾ ਦਾ। ਇੱਥੇ ਨਾਲੀਆਂ ਕਿਹੜੀ ਤੀਹੀ ਮੈਂ ਜਿੱਥੇ ਵਧੀਆ ਚੱਲੀ ਪਏ, ਇੱਦਾਂ ਨਾਲੀਆਂ 'ਚ ਗੜ ਕਰੀ ਤਾਂ ਪਾਣੀ ਸੌਖਾ ਲੱਗੀ ਜਾਂਦਾ, ਇੰਨਾ ਟਾਈਮ ਬੜਾ ਲੱਗਦਾ ਪਾਣੀ ਲੱਗਣੇ ਨੂੰ। ਬੜਕਾ ਹੀ ਅੱਜ ਮੈਂ ਪੁੱਜਿਆ ਆਪਣੀ ਭੈਣਾਂ ਦੇ ਘਰ, ਇਹ ਹੈ ਸਰ ਮੇਰਾ ਵੱਡਾ ਭਾਣਜਾ, ਠੀਕ ਹੈ ਮੁੰਡਾ ਵੱਡਾ ਹੋਈ ਜਾਣਾ, ਪਹਿਲਾਂ ਨਿੱਕੇ ਹੈ, ਠੀਕ ਹੈ ਨਿੱਕੇ ਦੀ ਫੋਟੋ ਪਾਂਗਾ ਕਿਤੇ ਬਲੌਗ 'ਚ। ਪਹਿਲਾਂ ਇਹਨਾਂ ਇਲਾਕਾ ਦੱਸੀ ਜੀ ਤੁਹਾਨੂੰ, ਇਲਾਕਾ ਕਿੰਨਾ ਡੇਂਜਰ ਹੈ, ਇਹ ਦੇਖੋ ਬੜਾ ਇਹ ਮਕਾਨ ਹੈ ਉੱਪਰ, ਇਹਨਾਂ ਥੱਲੇ ਦੇਖਿਓ ਉਹ ਦੇਖੋ ਉਹ ਕਿਹੜੇ ਕਿਹੜੇ ਪਹਾੜ ਨੇ ਥੱਲੇ, ਇਹ ਦੇਖੋ ਉਤਰਾ ਦੇਣ ਮੁੰਡੇ ਥੱਲੇ, ਇਹ ਦੇਖੋ ਆ ਜਾਓ ਬਸ ਬਸ ਚਲਿਆ ਚਲਿਆ। ਇਹਨਾਂ ਦੇ ਮੰਦਰੇ ਭੰਡਾਰਾ ਲੱਗਿਆ, ਪਰ ਗਰਮੀ ਇਹਨੇ ਨਾ ਕਰੀ ਤੀ ਹੈ, ਰਸਤਾ ਬੜਾ ਖਤਰਨਾਕ ਹੈ ਇਹਨਾਂ ਦਾ। ਆਹ ਦੇਖਾਂ ਕਿਹੜੇ ਕਿਹੜੇ ਪਹਾੜ, ਇੱਥੇ ਆਈ ਗਾ ਦੀ ਪੂਰੀ ਹਿਮਾਚਲ ਵਾਲੀ ਫੀਲਿੰਗ ਵੀ ਬਾਕੀ ਅਸੀਂ ਹਿਮਾਚਲ 'ਚ ਘੁੰਮਾਂ। ਹਾਂ ਦੇਖੀ ਲਿਆ ਇਹ ਮੋਰ ਲੱਗੇ ਨਾ,